ਦੇਖੋ ਇਹ ਕਲਾਸ 8 ਚੈਪਟਰ ਆਪਣਾ 11 ਚੱਲਦਾ ਪਿਆ ਆਪਣੇ ਕੋਲ ਐਕਸਰਸਾਈਜ਼ ਆ 11.2 ਉਹਦੇ ਚ ਕੀ ਆਪਣੇ ਕੋਈ ਫਾਰਮੂਲਾਜ਼ ਆਣੇ ਨੇ ਜਿਓਮੈਟ੍ਰੀਕਲ ਫਿਗਰਸ ਦੇ ਆਪਣੇ ਦਾ ਫਾਰਮੂਲਾਜ਼ ਆ 2D ਸ਼ੇਪਸ ਪਹਿਲਾਂ ਆਪਾਂ 2D ਵੇਖ ਲਈਏ ਕੀ ਹੁੰਦੇ ਆ ਦੋ ਤਰ੍ਹਾਂ 2D ਹੁੰਦੀਆਂ ਨੇ ਕੋਈ 3D ਹੁੰਦੀਆਂ ਨੇ ਠੀਕ ਹੈ ਜਿਹੜੀਆਂ 2D ਹੁੰਦੀਆਂ ਨੇ 2 ਡਾਈਮੈਂਸ਼ਨ ਤੇ 3 ਡਾਈਮੈਂਸ਼ਨ ਇਹਦੇ ਕੀ ਆ ਐਸ ਦੇ ਕੋਈ ਪਲੇਨ ਚੀਜ਼ ਹੋਊਗੀ ਐਡ ਬਣ ਜਾਊਗਾ ਵਾਇਰ ਬਣ ਜਾਊਗਾ ਮਤਲਬ ਇਹ ਚ ਆਪਾਂ ਖੇਤਰਫਲ ਕੱਢਾਂਗੇ ਜਾਂ ਫਿਰ ਆਪਾਂ ਕੱਢਾਂਗੇ ਪਰਿਮਾਪ ਦੋ ਚੀਜ਼ਾਂ ਹੁਣ ਇਹਦੇ ਵਿੱਚ ਕੀ ਇਹਦੇ ਚ ਆਪਾਂ ਘਣਤਾ ਵੀ ਕੱਢਦੇ ਹਾਂ ਇਸ ਚੀਜ਼ ਦੀ ਘਣਤਾ ਕਿੰਨੀ ਆ ਠੀਕ ਆ ਮਤਲਬ ਕਿ ਵੋਲੀਅਮ ਇੱਕ ਅਲੱਗ ਚੀਜ਼ ਜਿਹੜੀ ਫਾਈਂਡ ਕਰਦੇ ਆਪਾਂ ਆਇਤਨ ਆਇਤਨ ਕੀ ਹੁੰਦਾ ਕਿਸੇ ਵਸਤੂ ਦੀ ਮਾਤਰਾ ਕਿਸੇ ਵਸਤੂ ਦੀ ਮਾਤਰਾ ਠੀਕ ਆ ਇੱਥੇ ਇੱਕ ਚੀਜ਼ ਐਕਸਟਰਾ ਆਉਂਦੀ ਹੈ ਜੇ ਆਪਣਾ ਏਰੀਆ ਵੀ ਆਉਂਦਾ ਵਾ ਪਰਿਮਾਪ ਵੀ ਆਉਂਦਾ ਆ ਤੇ ਪਲੱਸ ਹੋਰ ਕੀ ਆਉਂਦਾ ਆਪਣੇ ਕੋਲ ਵੋਲੀਅਮ ਇਹ ਤਿੰਨ ਚੀਜ਼ਾਂ ਫਾਈਂਡ ਕਰਦੇ ਇਸ ਕਰਕੇ ਇਹਨੂੰ ਆਪਾਂ ਕਹਿੰਦੇ ਆ 3D ਇਹਦੇ ਚ ਆਪਾਂ ਦੋ ਚੀਜ਼ਾਂ ਫਾਈਂਡ ਕਰਦੇ ਆ ਇਸ ਲਈ ਇਹਨੂੰ ਕਹਿੰਦੇ ਆ 2D ਇੱਕ ਕਿੰਨੀ ਲੰਬਾਈ ਹੁੰਦੀ ਆ ਤੇ ਚੌੜਾਈ ਹੁੰਦੀ ਆ ਲੰਬਾਈ ਚੌੜਾਈ ਇਹਦੇ ਤਿੰਨ ਚੀਜ਼ਾਂ ਹੁੰਦੀਆਂ ਤੇ ਲੰਬਾਈ ਵੀ ਹੁੰਦੀ ਆ ਚੌੜਾਈ ਵੀ ਹੁੰਦੀ ਆ ਤੇ ਡੂੰਘਾਈ ਡੂੰਘਾਈ ਜਾਂ ਉਚਾਈ ਇਹਦੇ ਵਿੱਚ ਤਿੰਨ ਚੀਜ਼ਾਂ ਹੁੰਦੀਆਂ ਨੇ ਠੀਕ ਆ ਉਹਨੂੰ ਆਪਾਂ 3D ਕਹਿੰਦੇ ਆ ਤੇ ਆਪਾਂ ਕਿਹੜਾ ਕੰਮ ਲੱਗਿਆ 2D 2D ਸ਼ੇਪ ਠੀਕ ਆ ਅਲੀ ਤੇ ਆਪਾਂ ਇਹਨਾਂ ਦਾ ਨਾਮ ਲਿਖਿਆ ਆਪਾਂ ਪਹਿਲੇ ਆਪਾਂ ਇਹਨਾਂ ਦਾ ਤ੍ਰਿਭੁਜ ਲਿਖਿਆ ਫਿਰ ਆਪਾਂ ਲਿਖਿਆ ਸਮਾਂਤਰ ਚਤੁਰਭੁਜ ਲਿਖਿਆ ਸਮ ਚਤੁਰਭੁਜ ਲਿਖਿਆ ਆਇਤ ਵਰਗ ਸਮਲੰਬ ਚਤੁਰਭੁਜ ਦਾ ਚੱਕਰ ਨਾਲ ਆਪਾਂ ਇਹਨਾਂ ਦੇ ਇੰਗਲਿਸ਼ ਵਿੱਚ ਨੇਮ ਲਿਖੇ ਨੇ ਕੀ ਕਹਿੰਦੇ ਨੇ ਤ੍ਰਿਭੁਜ ਨੂੰ ਕਹਿੰਦੇ ਆ ਟ੍ਰਾਇੰਗਲ ਸਮਾਂਤਰ ਜਦੋਂ ਪੈਰਲੋਗ੍ਰਾਮ PARLLELOGRAM ਪੈਰਲੋਗ੍ਰਾਮ ਦੈਨ ਸਮ ਚਤੁਰਭੁਜ ਰੋਮਬਸ ਆਇਤ ਰੈਕਟੈਂਗਲ ਵਰਗ ਸਕੁਆਇਰ ਸਮਲੰਬ ਜਦੋਂ ਟ੍ਰਾਪੀਜ਼ੀਅਮ ਦੈਨ ਚੱਕਰ ਨੂੰ ਕਹਿੰਦੇ ਆਪਾਂ ਸਰਕਲ ਹੁਣ ਪਹਿਲਾਂ ਆਪਾਂ ਲਿਖਿਆ ਇਹਦੇ ਫਿਗਰ ਬਣਾਈ ਜਾਂਦੇ ਨੇ ਚਿੱਤਰ ਬਣਾਈ ਜਾਂਦੇ ਨੇ ਕਿਹੜੇ ਕਿਹੜੇ ਹੁੰਦੇ ਨੇ ਟ੍ਰੈਪਜ਼ ਕੀ ਹੁੰਦੀ ਹੈ ਤਿੰਨ ਸਾਈਡਾਂ ਹੁੰਦੀਆਂ ਇੱਕ ਦੋ ਤੇ ਸੈਡ ਤਿੰਨ ਸਾਈਡਾਂ ਦੇ ਜੋ ਵਿਚਕਾਰ ਤੋਂ ਆਪਾਂ ਇੱਕ ਹਾਈਟ ਬਣਾ ਲਾਂਦੇ ਇਥੋਂ ਉਚਾਈ ਕਿੰਨੀ ਹੈ ਜੋ ਬਣਾ ਲਈ ਵਿੱਚ ਕੀ ਆਪਣੇ ਕੋ ਆ ਨੀਚੇ ਇੱਕ ਆਧਾਰ ਹੈ ਜਿਹਨੂੰ ਆਪਾਂ ਇਹਨੂੰ ਆਧਾਰ ਬੋਲਦੇ ਆ ਇਹਨੂੰ ਆਪਾਂ ਬੋਲਦੇ ਆ ਲੰਬ ਹੁਣ ਇਹਦਾ ਖੇਤਰਫਲ ਕਿੰਨਾ ਆਪਣੇ ਕੋ 1/2 ਗੁਣਾ ਆਧਾਰ ਗੁਣਾ ਲੰਬ ਸੋਟ ਚ ਲਿਖਣਾ ਹੋਵੇ ਆਪਾਂ ਲਿਖਾਂਗੇ ਜਾਂ ਇਹਨੂੰ 1/2 ਗੁਣਾ b ਗੁਣਾ ਹਾਈਟ ਆ ਵੀ b ਵਿੱਚ ਬੇਸ ਆਧਾਰ ਹੋ ਗਿਆ ਲੰਬ ਵਿੱਚ ਹਾਈਟ ਜਿੰਨੀ ਵੀ ਹੈਗੀ ਆ ਇਹ ਹੋ ਗਿਆ ਫਿਰ ਆ ਆਪਣੇ ਕੋ ਪੈਰਲੋਗ੍ਰਾਮ ਹੁਣ ਪਰਿਮਾਪ ਚ ਲੋਗੇ ਨਾ ਪਰਿਮਾਪ ਕੀ ਹੁੰਦਾ ਹੈ ਆਪਣੇ ਕੋ 1 2 ਤੇ 3 ਤਿੰਨ ਸਾਈਡਾਂ ਦੇ ਆ ਤਿੰਨੇ ਸਾਈਡਾਂ ਦਾ ਜੋੜ ਹੁੰਦਾ ਆ ਇਹਦਾ ਨਾਮ ਰੱਖ ਲਿਆ ਆਪਾਂ a ਆ ਪੁਆਇੰਟ ਦਾ b ਆ ਪੁਆਇੰਟ ਦਾ c ਹੁਣ ਤਿੰਨ ਸਾਈਡਾਂ ਬਣ ਗਈ ਇੱਕ a ਵੀ ਬਣ ਗਈ b c ਬਣ ਗਈ ਤੇ a c ਬਣ ਗਈ ਪਰਿਮਾਪ ਦੇ ਵਿੱਚ ਜਿੰਨੀਆਂ ਵੀ ਉਹਦੇ ਸਰਫਸ ਹੋਣ ਜਿੰਨੀਆਂ ਵੀ ਭੁਜਾਵਾਂ ਹੋਣ ਉਹਨਾਂ ਨੂੰ ਜੋੜਨਾ ਹੁੰਦਾ ਆ ਆਪਾਂ ਇਹ ਲਿਖਿਆ ਕਿ a b ਜਮਾ b c ਜਮਾ c a ਇਹਨਾਂ ਨੂੰ ਆਪਾਂ ਜੋੜ ਲਾਂਗੇ ਤਾਂ ਕੀ ਨਿਕਲ ਜਾਊਗਾ ਪਰਿਮਾਪ ਨਿਕਲ ਜਾਣਾ ਆਪਣੇ ਕੋਲ ਫਿਰ ਆਦਾ ਆਪਣੇ ਕੋਲ ਪੈਰਲੋਗ੍ਰਾਮ ਠੀਕ ਹੈ ਇਹਦਾ ਆਪਾਂ ਪੜ ਚੁੱਕੇ ਇਹਦੇ ਚ ਆਪਾਂ ਚੈੱਕ ਕਰੀਏ ਦਾ ਆਪਣੇ ਕੋਲ ਇਸ ਤਰ੍ਹਾਂ ਨਾ ਦੋ ਤ੍ਰਿਭੁਜ ਬਣ ਜਾਂਦੇ ਆ ਠੀਕ ਹੈ ਆਹ ਲੈ ਲਓ ਵੀ ਕਰਦੇ ਤੁਸੀਂ ਕਰਨ ਨੂੰ ਬੋਲਦੇ ਆਪਾਂ ਇਹ ਬਣਾਇਆ ਤਾਂ ਆਪਣੇ ਕੋਲ ਦੋ ਤ੍ਰਿਭੁਜ ਬਣ ਗਏ ਤੇ ਇੱਕ ਤ੍ਰਿਭੁਜ ਦਾ ਖੇਤਰਫਲ ਹੁੰਦਾ 1/2 ਗੁਣਾ ਆਧਾਰ ਗੁਣਾ ਲੰਬ ਹੁਣ ਆਪਾਂ ਕੋਲ ਦੋ ਤ੍ਰਿਭੁਜ ਹੋ ਗਏ ਆਪਾਂ ਬਾਹਰ ਲਿਖਿਆ ਦੋ ਵਿੱਚ ਲਿਖਿਆ 1/2 ਗੁਣਾ ਆਧਾਰ ਗੁਣਾ ਲੰਬ ਲਿਖ ਲਿਆ ਇੱਕ ਤ੍ਰਿਭੁਜ ਆਏ ਹੋ ਗਿਆ ਦੋ ਤ੍ਰਿਭੁਜ ਨੂੰ ਦੋ ਨਾਲ ਗੁਣਾ ਕਰਕੇ ਦੋ ਤ੍ਰਿਭੁਜ ਤਾਂ ਬਣ ਗਿਆ ਹੁਣ ਦੋ ਬਾਹਰਾਂ ਦੋ ਅੰਦਰਾਂ ਕੱਟਿਆ ਗਿਆ ਆਪਣੇ ਕੋਲ ਰਹਿ ਗਿਆ ਆਪਣੇ ਕੋਲ ਦਾ ਆਧਾਰ ਗੁਣਾ ਲੰਬ ਆਪਾਂ ਕੀਤੇ ਆ ਸਮੇਂ ਦੇ ਨਾਲ ਦੀ ਜਿਹੜਾ ਆਪਣੇ ਫਾਰਮੂਲਾ ਲਗਾਇਆ ਗਿਆ ਆਧਾਰ ਗੁਣਾ ਲੰਬ ਇਹ ਚ ਕੀ 1/2 ਗੁਣਾ ਆਧਾਰ ਗੁਣਾ ਲੰਬ ਸਮਾਂਤਰ ਚਤੁਰਭੁਜ ਕੀ ਹੋ ਗਿਆ ਕੱਲਾ ਹੀ 1/2 ਹਟ ਗਿਆ ਅੱਗੇ ਉਹ ਆ ਜੀ ਹਟ ਗਿਆ ਕੱਲਾ ਹੀ ਰਹਿ ਗਿਆ ਆਧਾਰ ਗੁਣਾ ਲੰਬ ਫਿਰ ਆਦਾ ਆਪਣੇ ਕੋਲ ਸਮ ਚਤੁਰਭੁਜ ਰੋਮਬਸ ਰੋਮਬਸ ਕੀ ਹੁੰਦਾ ਆ ਇਹਨਾਂ ਚਾਰੇ ਵੀ ਆਈਡੀਆਂ ਬਰਾਬਰ ਹੁੰਦੀਆਂ ਨੇ ਜਿੱਦਾਂ ਵਰਗ ਦੀਆਂ ਚਾਰੇ ਵੀ ਬਰਾਬਰ ਹੁੰਦੀਆਂ ਨੇ ਏਰੀਆ ਵੀ ਬਰਾਬਰ ਹੁੰਦੀਆਂ ਨੇ ਫਰਕ ਕੀ ਹੁੰਦਾ ਇਹਦਾ ਇਹਦੇ ਕੋਈ ਸੰਮੁਖ ਰੁਕਰਾਂ ਨੂੰ ਬਣਾਉਂਦੇ ਆ ਆਹ ਵਾਲੇ ਰੁਕਰ ਨੂੰ ਜਿੱਦਾਂ ਬੋਰਡ ਆ ਬੋਰਡ ਦਾ ਵਿਕਰਨ ਕਿਹੜੇ ਬਣ ਗਏ ਆਹ ਵਾਲੇ ਰੁਕਰ ਨੂੰ ਲੋਕਾਂ ਦੇ ਸਾਹਮਣੇ ਵਾਲੇ ਸੰਮੁਖ ਰੁਕਰ ਨਾਲ ਮਿਲਾ ਦਈਏ ਮੈਚ ਕਰ ਦਈਏ ਇਹਦਾ ਵਿਕਰਨ ਬਣ ਗਿਆ ਇਸ ਤਰ੍ਹਾਂ ਇਸ ਰੁਕਰ ਨੂੰ ਕੋ ਨੀਚੇ ਵਾਲੇ ਰੁਕਰ ਨਾਲ ਮਿਲਾ ਦਈਏ ਇਹਦਾ ਵਿਕਰਨ ਬਣ ਗਿਆ ਠੀਕ ਹੈ ਇਹ ਡਾਇਗਨਲ ਨੂੰ ਆਪਾਂ ਬੋਲਦੇ ਆ ਹੁਣ ਆਹ ਵਰ ਗਿਆ ਤਾਂ ਸਮ ਚਤੁਰਭੁਜ ਆ ਦੋਵੇਂ ਏਰੀਆ ਵੀ ਚਾਰੇ ਵੀ ਬਰਾਬਰ ਤੇ ਏਰੀਆ ਵੀ ਚਾਰੇ ਵੀ ਬਰਾਬਰ ਬਰਾਬਰ ਹੁੰਦੀ ਹੈ ਪਰ ਫਰਕ ਕੀ ਹੁੰਦਾ ਇਹਦੇ ਡਾਇਗਨਲ ਜਿਹੜੇ ਹੁੰਦੇ ਨੇ ਆ ਸਾਨੂੰ ਭੁਜਾਵਾਂ ਨੂੰ ਬਣਾਉਂਦੇ ਆ ਉਹ ਅਲੱਗ ਅਲੱਗ ਹੁੰਦੇ ਆ ਵਰਗ ਦੇ ਜਿਹੜੇ ਆ ਇੱਕੋ ਜਿਹੇ ਹੁੰਦੇ ਆ ਠੀਕ ਹੈ ਫਿਰ ਆਪਣੇ ਕੋਲ ਆਉਂਦਾ ਇਹਦਾ ਖੇਤਰਫਲ ਕੀ ਆ ਗਿਆ ਆਪਣੇ ਕੋਲ 1/2
D1 × D2 डायगोनल 1 गुणा डायगोनल 2 विकर्ण बोलते हैं विकर्ण 1 गुणा विकर्ण 2 बटा 2 इस तरह लिख लो जहां तुझे इतना लिख सकते हैं D1 गुणा D2 बटा सारे 2 आड़ा 2 ना इस तरह लिख सकते हैं क्लियर इधर भी लिख सकते हैं ऊपर लिख सकते हैं 2 नीचे लिख सकते हैं ठीक है इधर थोड़ा आप परिमाप कर लिए यदि अपन नाम रख ले ए बी सी से डी इन अपन क्या मान गए चार इन्होंने पर जुड़े ए बी जमा बी सी जमा सी डी जमा ए डी चार अपन जोड़ता इधर भी नाम रख लिया अपन ए बी सी से डी यदि अपन चार इन अपन जोड़िए ए बी जमा बी सी जमा सी डी जमा ए जमा ए डी पढ़े दिए चार इन अपन आइडिया बराबर हो बराबर होते हैं ना बल्कि ए डी बराबर बी सी हो गए बी सी बराबर सी डी हो गए बराबर जमा ए डी हो गए चार के हम बराबर होंगे और आपने को था जहां पर लिखा दिया चार गुना पूजा ठीक है क्योंकि सारे अब हम बराबर ऐड करके अपन चार को करना बड़ा लगती है तो पूजा के नाल ठीक है अगे आ गया अपने को आए आए तो मतलब रेक्टेंगल आप बोलते हैं ओदे से की अपने को सानू भी हम बराबर होते हैं आ इधर बराबर होगी आ पूजा इधर बराबर होगी इधर क्षेत्रफल को अपन को लंबाई गुना चौड़ाई लंबाई गुना चौड़ाई ਇਹਦਾ ਕੀ ਪਰਿਮਾਪ ਕੱਢਣਾ ਲੰਬਾਈਆਂ ਕਿੰਨੀਆਂ ਆਪਣੇ ਕੋ ਦੋ ਦੋ ਲੰਬਾਈਆਂ ਨਾ ਦੋ ਦੋ ਚੜਾਈਆਂ ਨੇ ਲੰਬਾਈ ਜਮਾ ਲੰਬਾਈ ਜੋੜਦੀ ਜਮਾ b ਜਮਾ b ਇਹਨੂੰ ਜੋੜਦਾ ਦੋਵੇਂ ਨਾਲ ਲੈਂਥ ਜੋੜਦੀਆਂ ਦੋਵੇਂ ਬ੍ਰੈਥ ਜੋੜਦੀਆਂ ਇਹ ਕਿੰਨਾ ਬਣ ਗਿਆ 2l ਜਮਾ 2b ਸਾਂਝਾ ਕਿਹਾ ਗਿਆ 2 ਰਹਿ ਗਈ ਆਪਣੇ ਕੋ l ਜਮਾ b ਇਹ ਮਤਲਬ ਇਹਦਾ ਫਾਰਮੂਲਾ ਕਿਹਾ ਗਿਆ 2 ਬ੍ਰੈਥ ਦੇ ਵਿੱਚ ਲੰਬਾਈ ਜਮਾ ਚੜਾਈ ਜਾਂ l ਜਮਾ b ਆ ਗਿਆ ਆਪਣੇ ਕੋ ਫਿਰ ਆਦਾ ਆਪਣੇ ਕੋ ਵਰਗ ਵਰਗੂ ਕਹਿੰਦੇ ਆਪਾਂ ਸਕੁਅਰ ਇਹ ਚਾਰੇ ਕੀ ਹਮਾਰੇ ਲਈ ਬਰਾਬਰ ਹੁੰਦੀਆਂ ਨੇ ਆਪਾਂ ਚਾਰਾਂ ਦੇ ਇਕਟਸਾਂ ਨੇ ਲਾਇਆ ਮਤਲਬ ਕਿ ਇਹ ਵੀ ਏ ਵੀ ਏ ਵੀ ਏ ਸਾਰੀਆਂ ਵੀ ਹਮਾਰੇ ਬਰਾਬਰ ਇਹਦਾ ਖੇਤਰਫਲ ਕਿੰਨਾ ਪੂਜਾ ਦੀ 2 ਠੀਕ ਆ ਜਾਂ ਫਿਰ ਪੂਜਾ ਠੀਕ ਆ ਇਸ ਕਰਕੇ ਹੁੰਦਾ ਕਿ ਪੂਜਾ ਨੂੰ ਪੂਜਾ ਨਾਲ ਗੁਣਾ ਕੀਤੀ ਉਹਦੀ ਘਾਤ ਕਿੰਨੀ ਇੱਥੇ ਇੱਕ ਇੱਥੇ ਕਿਆ 2 ਗੁਣਾ ਕਰਕੇ ਕਿੰਨੀ ਘਾਤ ਬਣ ਗਈ 2 ਬਣ ਜਾਂਦੀ ਹੈ ਪੂਜਾ ਦੀ 2 ਜਾਂ ਪੂਜਾ ਗੁਣਾ ਪੂਜਾ ਜੇ ਏ ਪੂਜਾ ਦਿੱਤੀ ਫਿਰ ਕਹਿੰਦਾ ਆਪਾਂ ਏ ਦੀ 2 ਜੇ ਬੀ ਪੂਜਾ ਦਿੱਤੀ ਫਿਰ ਕਹਿੰਦਾ ਬੀ ਦੀ 2 ਜਿੰਨੇ ਵੀ ਪੂਜਾ ਦਿੱਤੀ ਹੋਵੇ ਆਪਣੇ ਕੋ ਆ ਜਾਣਾ ਪਰ ਇਹਦਾ ਪਰਿਮਾਪ ਕੱਢਣਾ ਦੇਖੋ ਇਹਦੀ ਵਿਚਾਰੇ ਕਿ ਆਪਾਂ ਬਰਾਬਰ ਦੀ ਵਿਚਾਰੇ ਕਰ ਆਪਾਂ ਇਹਦਾ ਪਰਿਮਾਪ ਕੀ ਬਣੇਗਾ 4 ਗੁਣਾ ਪੂਜਾ ਤੇ ਇਹਦਾ ਪਰਿਮਾਪ ਵੀ ਕਿੰਨਾ ਹੋਊਗਾ 4 ਗੁਣਾ ਪੂਜਾ ਠੀਕ ਹੈ ਦੇਖੋ ਕਿਉਂ ਕਿਦਾਂ ਬਣਦਾ ਦੇਖੋ ਕਿੰਨੀਆਂ 4 ਹੋਈਆਂ ਮਨ ਪੂਜਾ ਜਮਾ ਪੂਜਾ ਦੂਜੀ ਪੂਜਾ ਗਈ ਜਮਾ ਪੂਜਾ ਤੀਜੀ ਪੂਜਾ ਗਈ ਜਮਾ ਪੂਜਾ ਚੌਥੀ ਚਾਰੇ ਪਿਆ ਜੁੜ ਗਈਆਂ ਚਾਰੇ ਪਿਆ ਬਰਾਬਰ 1 2 3 4 ਕਿੰਨੀਆਂ ਪਿਆ ਬਣ ਗਈਆਂ 4 ਪੂਜਾ 4 ਗੁਣਾ ਪੂਜਾ ਆ ਫਾਰਮੂਲਾ ਬਣ ਗਿਆ ਆਪਣੇ ਠੀਕ ਹੈ ਜਾਂ ਅੱਜ ਆ ਬੜਾ 4 ਗੁਣਾ ਪੂਜਾ 4 ਮਲਟੀਪਲਾਈ ਸਾਈਡ ਇੰਗਲਿਸ਼ ਲਿਖਣਾ ਦਾ ਜਾਣਦੇ ਹੋ ਲਿਖਦੇ 4 ਮਲਟੀਪਲਾਈ ਸਾਈਡ ਫਿਰ ਆਉਂਦਾ ਆਪਣੇ ਕੋ ਸਮ ਲੰਬ ਚਤੁਰਭੁਜ ਇਹਨੂੰ ਬੋਲਦੇ ਪਰ ਟ੍ਰੈਪੀਜ਼ੀਅਮ ਜਾਂ ਟ੍ਰੈਪੀਜ਼ੋਇਡ ਵੀ ਬੋਲਦੇ ਨੇ ਪਰ ਇਹਦੇ ਵਿੱਚ ਕੀ ਆਪਣੇ ਕੋ ਆ ਤੀਰ ਲੱਗੇ ਨੇ ਦੋ ਹਾਂਜੀ ਜਿਹੜੀਆਂ 2 ਪੀਆਂ ਸਮਾਂਤਰ ਹੁੰਦੀਆਂ ਨੇ ਆ 2 ਪੀਆਂ ਸਮਾਂਤਰ ਨਹੀਂ ਹੁੰਦੀਆਂ ਠੀਕ ਹੈ ਆ 2 ਪੀਆਂ ਸਮਾਂਤਰ ਹੋਣਗੀਆਂ ਆ ਦੋਵੇਂ ਸਮਾਂਤਰ ਨਹੀਂ ਹੋਣਗੀਆਂ ਹੁਣ ਇਹਦਾ ਖੇਤਰਫਲ ਕੀ ਹੁੰਦਾ ਆ ਦੋਵੇਂ ਪੀਆਂ ਦਾ ਜੋੜ ਗੁਣਾ ਹਾਈਟ ਬਟਾ 2 ਇਹ ਆ ਗਿਆ ਆਪਣੇ ਕੋ a ਜਮਾ b ਗੁਣਾ h ਬਟਾ 2 ਤੇ ਆਪਣੇ ਕੋਲ ਇਹਦਾ ਪਰਿਮਾਪ ਕੀ ਆ ਜਾਊਗਾ ਚਾਰੇ ਦੀਆਂ ਮਾਂ ਦਾ ਜੋੜ ਚਾਰੇ ਦੀਆਂ ਮਾਂ a ਹੋ ਗਈ b ਹੋ ਗਈ c ਹੋ ਗਈ d ਹੋ ਗਈ ਇਹਨੂੰ ਆਪਾਂ ਲਿਖਾਂਗੇ ab ਜਮਾ bc ਜਮਾ cd ਜਮਾ ad ਚਾਰੇ ਦੀਆਂ ਮਾਂ ਦਾ ਜੋੜ ਆ ਗਿਆ ਫਿਰ ਆ ਗਿਆ ਸਰਕਲ ਚੱਕਰ ਚੱਕਰ ਕਹਿੰਦੇ ਸਰਕਲ ਸਰਕਲ ਆਪਾਂ ਬਣਾ ਲਿਆ ਇਹਦੀ ਇੰਨੀ ਲਾਈਨ ਕੀ ਹੁੰਦੀ ਅੱਧ ਵਿਆਸ ਸੀ ਪੂਰਾ ਇੱਧਰ ਵੀ ਅੱਧ ਵਿਆਸ ਹੈਗਾ ਸਾਰਾ ਕੀ ਬਣ ਗਿਆ ਵਿਆਸ ਤੇ ਅੱਧਾ ਕੀ ਹੁੰਦਾ ਅੱਧ ਵਿਆਸ ਇਹਦਾ ਖੇਤਰਫਲ ਹੁੰਦਾ ਆਪਣੇ ਕੋਲ ਪਾਈ ਆਰ ਦੀ 2 ਪਰਿਮਾਪ ਹੁੰਦਾ ਹੈ 2 ਪਾਈ ਆਰ ਜਿਹੜਾ ਪਾਈ ਬਰਾਬਰ ਹੁੰਦਾ ਆ ਪਾਈ ਬਟਾ 7 ਦੇ ਪਾਈ ਦੀ ਵੈਲਿਊ ਹੁੰਦੀ ਪਾਈ ਬਟਾ 7 ਇਹ ਸੀ ਆਪਣਾ 2D ਫਿਗਰ ਸਾਰੀਆਂ ਆਪਾਂ ਲਿਖੀਆਂ ਤੇ ਸਾਰਿਆਂ ਦੇ ਆਪਾਂ ਫਾਰਮੂਲੇ ਖੇਤਰਫਲ ਡਿਸਕਸ ਕੀਤਾ ਤੇ ਨਾਲ ਕੀਤਾ ਪਰਿਮਾਪ ਕਲੀਅਰ